सिरे आ जा भाई, उरे बहुत वधिया जिहड़ा उद्यम हो रहा है पंजाब दे वख वख पिंडां दे विच्चों चंगे स्नेहे जिहड़े हुण लोकां दे विच जागृति आ रही है, खास करके वातावरण नूं लै के, रुखां नूं लै के, पाणी नूं लै के, जिवें पंजाब दे लोक सचेत हो रहे ने अपने वातावरण नूं सांभण दे लई, अपने पाणियां नूं सांभण दे लई, अपनी धरती नूं हरी भरी बनाउण दे लई। असीं खड़े हां पंजाब दा मशहूर पिंड है पिथों, सीरा पिथों जिथों दा होया, जिथों दा एक गीतकार होया खराजी वर्गे होए ने, जां पिथों बड़े कम्मां च मशहूर है, उस पिंड च खड़े हां। ते सब तो वधिया गल सानूं इस पिंड दी इह लगी कि असीं आए, पिंड दी समुची पंचायत खड़ी है, पिंड दे होर जिन्ने सज्जन खड़े आ, भैणां खड़ियां ने नाल, तां सरपंच साहब खड़े आ, कहिंदे वी ਇੱਥੇ ਸਾਡੇ ਪਿੰਡ ਦੇ ਵਿੱਚ ਬੂਟੇ ਲਾਉਣ ਦਾ ਕੰਮ ਭੈਣਾਂ ਨੇ ਸ਼ੁਰੂ ਕੀਤਾ। ਦੇਖੋ ਜੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਇਸ ਉਪਰਾਲੇ ਦੇ ਵਿੱਚ ਕੁੱਦਦੀਆਂ ਨੇ, ਇਹ ਉਪਰਾਲਾ ਕਰਦੀਆਂ ਨੇ ਰੁੱਖ ਲਾਉਣ ਦਾ, ਬਹੁਤ ਵੱਡੀ ਗੱਲ ਹੈ। ਦੇਖੋ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਹਰ ਪੱਖ ਤੋਂ, ਚਾਹੇ ਅਸੀਂ ਜੰਗਾਂ ਲੜੀਆਂ, ਚਾਹੇ ਸਮਾਜ ਨੂੰ ਸੁਧਾਰਨ ਦੀ ਗੱਲ ਹੋਈ, ਚਾਹੇ ਕਿਸੇ ਪੱਖੋਂ ਵੀ ਅਸੀਂ ਦੇਖੀਏ ਕਿ ਸਾਡੀਆਂ ਮਾਵਾਂ ਭੈਣਾਂ ਦਾ ਰੋਲ ਆ ਜਿਹੜਾ ਉਹ ਬਰਾਬਰ ਦਾ ਰਿਹਾ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਬਰਾਬਰ ਦਾ ਦਰਜਾ ਸਾਡੀਆਂ ਮਾਵਾਂ ਭੈਣਾਂ ਨੂੰ ਦਿੱਤਾ। ਕਿਸਾਨੀ ਅੰਦੋਲਨ 'ਚ ਵੀ ਆਪਾਂ ਦੇਖਿਆ ਕਿ ਦਿੱਲੀ ਦੇ ਵਿੱਚ ਵੀ ਬਰਾਬਰ ਯੋਗਦਾਨ ਰਿਹਾ। ਔਰ ਸਭ ਤੋਂ ਅਹਿਮ ਗੱਲ ਕਿ ਪਹਿਲ ਇਹ ਹੋਈ ਹੈ ਪਿੱਥੋਂ ਪਿੰਡ 'ਚੋਂ ਕਿ ਇੱਥੇ ਭੈਣਾਂ ਨੇ ਕੰਮ ਸ਼ੁਰੂ ਕੀਤਾ ਕਿ ਅਸੀਂ ਇਹ ਮੁਹਿੰਮ ਤੋਰਾਂਗੀਆਂ, ਪਿੰਡ ਦੇ ਵਿੱਚ ਰੁੱਖ ਲਾਉਣ ਦਾ ਜਿਹੜਾ ਕੰਮ ਕਰਨਾ ਹੈ। ਅਤੇ ਨਾਲ ਇਹਨਾਂ ਦੇ ਪਿੰਡ ਦੀ ਪੰਚਾਇਤ ਨੇ, ਨਾਲ ਹੋਰ ਜਿੰਨੇ ਵੀ ਨੌਜਵਾਨ ਹੈ, ਕਲੱਬ ਨੇ, ਸਾਰਿਆਂ ਨੇ ਸਾਥ ਦਿੱਤਾ। ਇਹ ਕੰਮ ਹੈ ਜਿਹੜਾ ਉਹ ਪਿੱਥੋਂ ਪਿੰਡ ਦੇ ਵਿੱਚ ਸ਼ੁਰੂ ਹੋਇਆ। ਅਤੇ ਮੈਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਲਈ ਇਹੋ ਜਿਹੀਆਂ ਮਾਵਾਂ ਭੈਣਾਂ ਪ੍ਰੇਰਨਾ ਸਰੋਤ ਹੁੰਦੀਆਂ ਨੇ, ਇਹਨਾਂ ਤੋਂ ਸਿੱਖ ਕੇ ਅਸੀਂ ਵੀ, ਇਹਨਾਂ ਨੇ ਇਹ ਨਹੀਂ ਇਕੱਲਾ ਲਾ ਦੇਣਾ ਵੀ ਬੂਟੇ ਵੀ ਟੋਏ ਪੱਟੇ 'ਤੇ ਲਾ ਤੇ, ਉਨਾ ਕੰਮ ਨਹੀਂ, ਇਹ ਸਾਂਭਣ ਦੀ ਗੱਲ, ਅੱਗੇ ਪਾਲਣ ਦੀ ਗੱਲ, ਪਾਣੀ ਪਾਉਣ ਦੀ ਗੱਲ, ਦਵਾਈ ਪਾਉਣ ਦੀ ਗੱਲ, ਪਸ਼ੂਆਂ ਤੋਂ ਬਚਾਉਣ ਦੀ ਗੱਲ, ਇਹਨੂੰ ਲੈ ਕੇ ਵੀ ਇਹ ਅੱਗੇ ਵੀ ਇਸ ਤਰ੍ਹਾਂ ਦਾ ਸਿਹਰਦ ਹੈਗੇ ਨੇ। ਅਤੇ ਇਸ ਗੱਲੋਂ ਵੀ ਇਹ ਚਿੰਤਤ ਹੈਗੇ ਵੀ ਕੱਲ੍ਹ ਨੂੰ ਪਸ਼ੂ ਨਾ ਖਾ ਜਾਏ ਯਾਰ, ਉਹਨੂੰ ਬਚਾਇਆ ਕਿਵੇਂ ਜਾਵੇ। ਨਹੀਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਆਹ ਦਿਨਾਂ ਦੇ ਵਿੱਚ ਸਾਉਣ ਭਾਦੋਂ 'ਚ ਇੱਕ ਲਹਿਰ ਜੀ ਚੱਲਦੀ ਆ, ਲੋਕ ਲਾ ਦਿੰਦੇ ਆ, ਅਤੇ ਮੁੜ ਕੇ ਉਹਨਾਂ ਦੀ ਸੰਭਾਲ ਕੋਈ ਕਰਦਾ ਨਹੀਂ, ਕੋਈ ਪਸ਼ੂ ਖਾ ਜਾਂਦਾ ਜਾਂ ਬਿਨਾਂ ਪਾਣੀ ਤੋਂ ਮੱਚ ਜਾਂਦਾ। ਅਤੇ ਇਹ ਮੈਂ ਫਿਰ ਕਹਿੰਦਾ ਪਿੱਥੋਂ ਪਿੰਡ ਖੜ੍ਹੇ ਹਾਂ, ਤੁਸੀਂ ਕੋਈ ਭੈਣ ਚਾਰ ਸ਼ਬਦ ਪੰਜਾਬ ਦੀਆਂ ਭੈਣਾਂ ਨੂੰ, ਮਾਵਾਂ ਨੂੰ ਕਹਿਣਾ ਚਾਹੁੰਦੇ ਹੋ? ਮੈਂ ਭੈਣਾਂ ਨੂੰ ਇਹ ਸ਼ਬਦ ਕਹਿਣਾ ਚਾਹੁੰਦੀ ਹਾਂ ਵੀ ਸਾਰੀਆਂ ਰਲ ਮਿਲ ਕੇ ਆਪਣੇ ਸਾਰੀਆਂ ਸਹਿਯੋਗ ਦਿਓ ਵੀ ਆਪਾਂ ਸਾਰੇ ਰਲ ਮਿਲ ਕੇ ਲਾਓ ਬੂਟੇ। ਬੂਟੇ ਲਾਉਣ ਤੋਂ ਬਾਅਦ ਆਪਾਂ ਸੰਭਾਲ ਵੀ ਕਰਨੀ ਆ, ਅੱਗੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਣੇ ਇਹ ਲਾਭਦਾਇਕ ਹੋਣਗੇ। ਅੱਗੇ ਆਪਾਂ ਨੂੰ ਪਤਾ ਲੱਗ ਰਿਹਾ ਵੀ ਵਾਤਾਵਰਨ ਕਿਵੇਂ ਚੱਲ ਰਿਹਾ ਹੈਗਾ, ਵਾਤਾਵਰਨ ਦੀ ਸੰਭਾਲ ਹੋ ਜੇ ਤਾਂ ਬਹੁਤ ਵਧੀਆ ਗੱਲ ਆ, ਆਪਾਂ ਸਮੇਂ ਸਿਰ ਇਹਨੂੰ ਮੌਕਾ ਸਾਂਭ ਲਈਏ। ਧੰਨਵਾਦ। ਇੱਕ ਦੋ ਗੱਲਾਂ ਬਈ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਇਹਨਾਂ ਨੇ ਉਪਰਾਲਾ ਕਰਿਆ ਸੀ, ਇਹਦੇ ਨਾਲ ਚੱਲੇ ਹਾਂ ਅਸੀਂ, ਹੋਰ ਵੀ ਜਿੰਨੇ ਵੀ ਸਾਡੇ ਪਿੰਡ ਦੇ ਹੋਰ ਨੌਜਵਾਨ ਨੇ ਜਾਂ ਕੋਈ ਹੋਰ ਕਲੱਬਾਂ ਵਾਲੇ ਨੇ ਜਿਹੜੇ ਪੁਰਾਣੇ ਚੱਲਦੇ, ਉਹ ਵੀ ਸਾਡਾ ਸਾਥ ਦਿਓ। ਇਹਦੇ ਵਿੱਚ ਕੋਈ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਮੂਹਰੇ ਲੱਗੇ ਵੀ ਅਸੀਂ ਕੋਈ ਲੀਡਰੀ ਕਰਨੀ, ਇਹਦੇ ਵਿੱਚ ਉਹ ਬੰਦੇ ਖੁਦ ਆਪ ਆ ਕੇ ਮੂਹਰੇ ਲੱਗ ਕੇ ਕੰਮ ਨੂੰ ਸਟਾਰਟ ਕਰਵਾ ਸਕਦੇ, ਨਾਲ ਰਹਿ ਸਕਦੇ ਨੇ। ਜੋ ਵੀ ਕਲੱਬਾਂ ਕੋਲ ਪੈਸਾ ਪਿਆ ਉਹ ਪੈਸਾ ਵੀ ਸਾਂਝੇ ਕੰਮਾਂ 'ਤੇ ਲਾਓ ਬਈ, ਉਹ ਕਿਸੇ ਕੰਮ ਨਹੀਂ ਆਉਣਾ, ਕਿਉਂਕਿ ਡੇਢ ਡੇਢ ਦੋ ਦੋ ਸਾਲ ਹੋ ਗਏ ਜਿਹੜੇ ਪੁਰਾਣੇ ਕਲੱਬ ਖੜ੍ਹੇ ਉਹਨਾਂ ਕੋਲ ਪੈਸਾ ਪਿਆ। ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਜ਼ਰੀਏ ਵੀ ਉਹ ਸਾਂਝਾ ਪੈਸਾ, ਪਿੰਡ ਦਾ ਪੈਸਾ ਆਪਾਂ ਪਿੰਡ 'ਤੇ ਲਾਈਏ ਅਤੇ ਪਿੰਡ ਨੂੰ ਸੋਹਣਾ ਬਣਾਈਏ। ਇੱਕ ਗੱਲ ਹੋਰ ਬੜੀ ਅਹਿਮ ਆ, ਇੱਥੇ ਸਾਰਾ ਪਿੰਡ ਖੜਾ ਅਤੇ ਇਹ ਪਿੰਡ ਦੇ ਜਿਹੜੇ ਲੋਕ ਨੇ, ਸਰਪੰਚ ਨੇ, ਪੰਚਾਇਤ ਆ, ਨੌਜਵਾਨ ਆ, ਕਲੱਬ ਵਾਲੇ ਆ, ਮਾਵਾਂ ਭੈਣਾਂ, ਇਹ ਵੱਖੋ ਵੱਖਰੀਆਂ ਪਾਰਟੀਆਂ ਦੇ ਹੋਣੇ ਆ। ਬਿਹਤਰ ਗੱਲ ਇਹ ਹੁੰਦੀ ਹੈ ਕਿ ਅਸੀਂ ਜਦੋਂ ਇਹੋ ਜਿਹਾ ਕੋਈ ਕੰਮ ਕਰਨਾ ਨਾ ਸਮਾਜ ਲਈ, ਤਾਂ ਫਿਰ ਉਦੋਂ ਪਾਰਟੀਆਂ ਤੋਂ ਉੱਪਰ ਉੱਠ ਕੇ, ਧੜਿਆਂ ਤੋਂ ਉੱਪਰ ਉੱਠ ਕੇ, ਇਹ ਧੜਿਆਂ ਪਾਰਟੀਆਂ 'ਚ ਪਾ ਕੇ ਨਹੀਂ। ਤੁਹਾਨੂੰ ਮੈਂ ਆਪਣੇ ਪਿੰਡ ਦੀ ਗੱਲ ਦੱਸਦਾ, ਮੈਨੂੰ 2008 ਦਾ ਮੈਂ ਰੁੱਖ ਲਾਉਂਦਾ, ਮੈਨੂੰ 14 ਸਾਲ ਹੋ ਗਏ। ਕਈ ਬੰਦੇ ਜਿਹੜੇ ਮੇਰੇ ਨਾਲ ਵੈਸੇ ਹੀ ਖਾਰ ਖਾਂਦੇ ਸੀ, ਉਹ ਮੇਰੇ ਲਾਏ ਬੂਟੇ ਪੱਟ ਦਿਆ ਕਰਨ, ਉਹਨਾਂ ਨੂੰ ਲੱਖਾਂ ਬੂਟਿਆਂ 'ਚ ਦਿਖਦਾ ਸੀ। ਸੋ ਕਾਰਨ ਇਹ ਵੀ ਹੁੰਦਾ ਵੀ ਫਲਾਣੇ ਦਾ ਲਾਇਆ ਸੀ, ਹੋਣ ਨਹੀਂ ਦੇਣਾ। ਸੋ ਇਹ ਨਾ ਜਿਹੜੀ ਇਹ ਗੱਲ ਹੈ ਸਾਡੀ, ਇਹ ਪਿੰਡਾਂ 'ਚ ਬਹੁਤ, ਹਰ ਪਿੰਡ ਦੇ ਵਿੱਚ ਹੀ ਹਾਲਾਤ ਹੈਗੇ ਨੇ ਵੀ ਫਲਾਣੇ ਨੇ ਲਾਏ ਆ, ਇਹ ਪੰਚਾਇਤ ਨੇ ਲਾਏ ਆ, ਇਹ ਕਲੱਬ ਨੇ ਲਾਏ ਆ, ਆਪਣੀ ਬਣਦੀ ਨਹੀਂ, ਉਹਨੂੰ ਪੱਟਣਾ,
जड़ यूरिया पाना ਉਹਨੂੰ ਆਪਾਂ ਉਹ ਮਿੱਧ ਦੇਣਾ ਗੱਡੀ ਚੜਾ ਕੇ ਟਰੈਕਟਰ ਚੜਾ ਕੇ ਇਹੋ ਜਿਹੀਆਂ ਜਾਂ ਅੱਗ ਲਾ ਕੇ ਮਚਾ ਦੇਣਾ ਇਹ ਹਰਕਤਾਂ ਨਾ ਮੇਰੇ ਵੀਰ ਕਰੋ ਇਹ ਤਾਂ ਯਾਰ ਸਭ ਦੇ ਸਾਂਝੇ ਹੈ ਕਿਸੇ ਇੱਕ ਦਾ ਥੋੜ੍ਹੀ ਹੈ ਕਿਸੇ ਇੱਕ ਨੂੰ ਛਾਂ ਦਿੰਦੇ ਆ ਇਹ ਜਾਂ ਇਹਨਾਂ ਦੇ ਵਿੱਚ ਕੋਈ ਵੈਰ ਵਿਰੋਧ ਹੈ ਕਿਸੇ ਇੱਕ ਨੂੰ ਆਕਸੀਜਨ ਦਿੰਦੇ ਆ ਇੱਕ ਲਈ ਮੀਂਹ ਪਾਉਂਦੇ ਆ ਤਾਂ ਇਸ ਕਰਕੇ ਇਸ ਗੱਲ ਤੋਂ ਵੀ ਆਪਾਂ ਗਰੇਜ ਕਰਿਆ ਕਰਕੇ ਮੇਰਾ ਵੀਰ ਆਮ ਤੌਰ 'ਤੇ ਪਿੰਡਾਂ 'ਚ ਮੈਂ ਦੇਖਦਾ ਕਿ ਬਹੁਤੇ ਥਾਈਂ ਲੋਕਾਂ ਨੇ ਐਂ ਵੀ ਦਰਾਤ ਵੱਢ ਤੇ ਪੱਟ 'ਤੇ ਵੀ ਫਲਾਣੇ ਬੰਦੇ ਨੇ ਲਵਾਏ ਹੋਏ ਆ ਤਾਂ ਪੱਟਣੇ ਹੀ ਪੱਟਣੇ ਆ ऊ साड़ी लगती होंगी वो जो कोई ऊ गुब गबाट कटना ऊ कट लो दरहता राही की कटना होया तो इस करके बई सारे मैं पिंडा ने अपील करदा मौल हल्के दे लोगों अपील करदा बई पिंडो पिंडी लाओ असी उदू बाद रले भी जाना उत्थे भी 100 एकड़ लाना बई 100 एकड़ वड्डा जंगल लाना उन्होंने सो सारे बहुत वधिया गल हो रही है कि अगे नालों लोग बहुत जागरूक हो गए असल ਲੋਕਾਂ ਦੇ ਵਿੱਚ ਜਿਵੇਂ ਜਿਵੇਂ ਨਾ ਪਹਿਲਾਂ ਸੋਸ਼ਲ ਮੀਡੀਆ ਨੇ ਵੀ ਲੋਕਾਂ ਜਾਗਰਤੀ ਲਿਆਂਦੀ ਆ ਪ੍ਰਚਾਰ ਹੋ ਰਿਹਾ ਜਿਹੜੀ ਚੀਜ਼ ਦਾ ਵੱਧ ਤੋਂ ਵੱਧ ਅਤੇ ਪ੍ਰਚਾਰ ਕਰਨਾ ਵੀ ਚਾਹੀਦਾ ਅਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਮੈਂ ਕੱਲ੍ਹ ਵੀ ਕਿਹਾ ਸੀ ਕੋਈ ਸਖਤ ਜਿਹਾ ਕਾਨੂੰਨ ਬਣਾਓ ਜਿਹਦਾ ਜੀ ਕਰ ਲੈ ਕਿਰਾਏ ਵਾਲੇ ਪਿੰਡ ਦੇਖਿਆ ਤੁਸੀਂ ਉਹ ਸੜਕ 'ਤੇ ਮੈਂ ਆ ਕੇ ਗਿਆ 25-30 ਟਾਲੀਆਂ ਯਾਰ ਪੱਟ ਕੇ ਮਿੰਟ 'ਚ ਮਾਰੇ 27.5 ਫੁੱਟ ਰਾਹ ਮਿਣਤੀ ਵੀ ਕਰਾ ਲਈ ਮਿਣਤੀ ਕਰਾ ਕੇ ਵੀ ਦਰਖਤਾਂ ਤੋਂ ਗਾਹਾਂ ਵੀ ਕਰਮ ਉਹਦੇ ਬਾਹਣ 'ਚ ਜਾਂਦਾ ਰਾਹ ਤੇ ਹਾਲੇ ਤੱਕ ਸਾਨੂੰ ਜੰਗਲਾਤ ਮਹਿਕਮੇ ਕੋਲ ਫਿਰਦਿਆਂ ਨੂੰ SDM ਕੋਲ ਫਿਰਦਿਆਂ ਨੂੰ DC ਨਾਲ ਗੱਲ ਹੋਈ ਕਿੰਨਿਆਂ ਨਾਲ ਗੱਲ ਹੋਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਰਕਾਰ ਸਖਤੀ ਅਪਣਾਵੇ ਇਹਨਾਂ ਗੱਲਾਂ ਲਈ ਵੀ ਨਹੀਂ ਲੋਕਾਂ ਨੇ ਲੱਗੇ ਹੋਏ ਦਰਖਤ ਜਿਹੜੇ ਸੜਕਾਂ ਦੇ ਪੱਟ ਦੇਣੇ ਆ ਸੋ ਠੀਕ ਆ ਜੀ ਬਹੁਤ ਵਧੀਆ ਬਾਈ ਧੰਨਵਾਦ ਤੁਹਾਡਾ ਲੱਗੇ ਰਹੋ ਆਜੋ ਬਾਈ ਆਜੋ ਜੀ ਆਜੋ ਪਾਣੀ ਘੜੋ ਆਜੋ ਜੀ ਆਓ ਪਾਸੋ ਹਾਂਜੀ ਆਪਣੇ ਆਪਣਾ ਥੋੜੀ ਚਲੋ ਆਜੋ चाह बनाई नहीं नहीं चाह बनाई।